ਸ਼ਰੋਮਨੀ ਅਕਾਲੀ ਦਲ ਦੀ ਗੱਲ ਕਰਦੇ ਆ ਜਾਂ ਮਜੀਠੀਆ ਸਾਹਿਬ ਦੀ ਹੁਣ ਜੋ ਪ੍ਰੈਜੈਂਟ ਸਿਚੁਏਸ਼ਨ ਜੋ ਬਣੀ ਹੋਈ ਹੈ ਨਸ਼ੇ ਵਾਲਾ ਕਨਸੈਪਟ ਜਿਹੜਾ ਚੱਲਦਾ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਸਿਆਸਤ ਦੀ ਗੱਲ ਕਰਦੇ ਆ ਤਾਂ ਆਮ ਆਦਮੀ ਪਾਰਟੀ ਜਿਹੜੀ ਪਿਛਲੀ ਵਾਰੀ ਆਪੋਜੀਸ਼ਨ ਦੇ ਵਿੱਚ ਵੀ ਬੈਠੀ ਇਸ ਵਾਰ ਤੁਹਾਨੂੰ ਇਹ ਜਿਵੇਂ ਬਠਿੰਡੇ ਦੀ ਗੱਲ ਕਰਾਂ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਆਪਦੇ ਤੌਰ ਦੇ ਉੱਤੇ ਕਾਫੀ ਕੰਮ ਕਰਾਇਆ ਜਿਵੇਂ ਤੁਸੀਂ ਦਾਅਵੇ ਕਰਦੇ ਹੋ ਪਰ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਐਸਾ ਮੇਜਰ ਕੰਮ ਹੈ ਜਿਹੜਾ ਬਠਿੰਡੇ 'ਚ ਹਜੇ ਹੋਣਾ ਬਾਕੀ ਹੈ ਉਹ ਵੀ ਡਵੈਲਪਮੈਂਟ ਕਰ ਰਹੇ ਆ ਪਿੱਛੇ ਜੇ ਬਿਜਲੀ ਦੇ ਗ੍ਰਿਡ ਦਾ ਉਦਘਾਟਨ ਹੋਇਆ ਉਸ ਤੋਂ ਬਾਅਦ ਪਾਰਕਿੰਗ ਇੱਕ ਮਲਟੀ ਲੈਵਲ ਦਾ ਉਦਘਾਟਨ ਹੋਇਆ ਇਸ ਤਰ੍ਹਾਂ ਕਰਕੇ ਕੰਮ ਦਾ ਤੁਸੀਂ ਵੀ ਕਰਦੇ ਸੀ ਤੇ ਕੰਮ ਉਹ ਵੀ ਕਰ ਰਹੇ ਫਿਰ ਫਰਕ ਕੀ ਹੈ ਕੈਂਪਸ ਟੀਵੀ ਇੰਡੀਆ ਦਾ YouTube ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਨਿਪਾਓ ਹਰ ਅਪਡੇਟ ਸਸ਼ੀ ਗਾਲ ਜੀ ਮੇਰਾ ਨਾਮ ਹੈ ਸੁਖਜੀਤ ਤੁਸੀਂ ਦੇਖ ਰਹੇ ਹੋ ਯੂਥ ਐਕਸਪ੍ਰੈਸ ਜਿਹਦੇ ਵਿੱਚ ਅਸੀਂ ਤੁਹਾਨੂੰ ਡਾਇਨਾਮਿਕ ਤੇ ਯੂਥ ਤੇ ਯੰਗ ਲੀਡਰਸ ਨਾਲ ਮਿਲਾਨੇ ਆ ਜੋ ਸਮਾਜ ਵਾਸਤੇ ਕੁਝ ਵੱਖਰਾ ਕਰ ਰਹੇ ਨੇ ਤੇ ਅੱਜ ਸਾਡੇ ਨਾਲ ਦੀਨਵ ਸਿੰਘਲਾ ਜੀ ਨੇ ਜੋ ਕਿ ਸਰੂਪ ਚੰਦ ਸਿੰਘਲਾ ਜੀ ਦੇ ਬੇਟੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਕੋਲ ਇੱਕ ਅਹੁਦਾ ਵੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਉਹ ਯੂਥ ਵਿੰਗ ਦੇ ਬਠਿੰਡਾ ਹਰਬੰਦੇ ਕੋਆਰਡੀਨੇਟਰ ਵੀ ਨੇ ਸਿੰਘਲਾ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਿੰਘਲਾ ਜੀ ਸਭ ਤੋਂ ਬੇਸਿਕ ਇੱਕ ਸਵਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਜਦੋਂ ਆਪਾਂ ਯੂਥ ਦੀ ਗੱਲ ਕਰਦੇ ਤਾਂ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਯੂਥ ਇਨ ਪੋਲਿਟਿਕਸ ਦੇਖੋ ਮੈਂ ਇਹ ਮੰਨਦਾ ਹਾਂ ਕਿ ਯੂਥ ਦਾ ਇੱਕ ਬਹੁਤ ਵੱਡਾ ਰੋਲ ਹੈ ਜਿਹੜੀ ਕੋਈ ਵੀ ਇਲੈਕਸ਼ਨ ਜਦੋਂ ਆਉਂਦੀ ਹੈ ਉਹਦੇ ਚ ਜੋ ਡਿਸੀਜਨ ਯੂਥ ਲੈਂਦਾ ਹੈ ਉਹ ਬਹੁਤ ਸੋਚ ਸਮਝ ਕੇ ਲੈਂਦਾ ਹੈ ਉਹ ਜਿਹੜੇ ਉਹਦੇ ਸਟੱਡੀ ਕਰਕੇ ਲੈਂਦਾ ਹੈ ਕਿ ਕਿਹੜੀ ਗਵਰਨਮੈਂਟ ਨੇ ਕੀ ਕੀਤਾ ਜਾਂ ਜਿਹੜੇ ਅੱਗੇ ਆਉਣ ਵਾਲੀ ਗਵਰਨਮੈਂਟ ਕਹਿ ਰਹੀ ਹੈ ਤਾਂ ਬੇਸਿਕਲੀ ਅਸੈਸ ਕਰਕੇ ਚੱਲਦਾ ਹੈ ਯੂਥ ਯੂਥ ਨੂੰ ਮੈਂ ਨਹੀਂ ਮੰਨਦਾ ਕਿ ਯੂਥ ਕਿਸੇ ਦਾ ਵੋਟ ਬੈਂਕ ਹੈ ਯੂਥ ਆਪ ਦੇ ਮਨ ਨਾਲ ਆਪ ਦਾ ਪੜਿਆ ਲਿਖਿਆ ਯੂਥ ਜੋ ਗੱਲ ਨੂੰ ਸਮਝਦਾ ਹੈ ਤੋ ਆਪਦੀ ਅਸੈਸ ਕਰਕੇ ਆਪਦੀ ਵੋਟ ਡਿਸਾਈਡ ਕਰਦਾ ਹੈ ਔਰ ਮੇਜਰ ਰੋਲ ਪਲੇ ਕਰਦਾ ਹੈ ਕਿ ਕਿਹੜੀ ਗਵਰਨਮੈਂਟ ਬਣੇ ਅ ਸ਼ਰੋਮਨੀ ਅਕਾਲੀ ਦਲ ਦੀ ਗੱਲ ਕਰਦੇ ਆ ਜਾਂ ਮਜੀਠੀਆ ਸਾਹਿਬ ਦੀ ਹੁਣ ਜੋ ਪ੍ਰੈਜ਼ੈਂਟ ਸਿਚੁਏਸ਼ਨ ਜੋ ਬਣੀ ਹੋਈ ਹੈ ਨਸ਼ੇ ਵਾਲਾ ਕਨਸੈਪਟ ਜਿਹੜਾ ਚੱਲਦਾ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਦੋਂ ਦੀ ਕੋਈ ਇਨਕੁਆਇਰੀ ਜਿਹੜੀ ਚੱਲ ਰਹੀ ਹੈ ਉਹਦੇ ਚ ਕਾਰਵਾਈ ਨਾ ਹੋਣਾ ਔਰ ਇਲੈਕਸ਼ਨ ਸਿਰ ਤੇ ਆਉਣ ਤੇ ਸਾਰੀ ਮੈਂ ਕਹੂੰਗਾ ਕਹਾਣੀ ਬੰਨਣਾ ਇੱਕ ਕਾਂਗਰਸ ਦੀ ਸਟ੍ਰੈਟੇਜੀ ਦਾ ਪਾਰਟ ਹੈ ਕਿਸੇ ਸਿਆਸੀ ਦੂਸ਼ਣਬਾਜ਼ੀ ਕਰਕੇ ਕਿਸੇ ਵੀ ਤਰੀਕੇ ਕਿਸੇ ਵੀ ਹਤਕੰਡੇ ਨੂੰ ਅਪਣਾ ਕੇ ਅਕਾਲੀ ਦਲ ਨੂੰ ਰੋਕਿਆ ਜਾ ਸਕੇ ਤਾਂ ਇਹਦੇ ਚ ਕੋਈ ਸੱਚਾਈ ਨਹੀਂ ਹੈ ਜੇ ਸੱਚਾਈ ਹੁੰਦੀ ਕੋਈ ਸਬੂਤ ਹੁੰਦੇ ਤਾਂ ਹੁਣ ਤੱਕ ਕੋਰਟ ਚ ਕੇਸ ਚੱਲ ਰਹੇ ਆ ਇਨਕੁਆਇਰੀਆਂ ਚੱਲ ਰਹੀਆਂ ਕੁਝ ਤਾਂ ਨਿਕਲ ਕੇ ਸਾਹਮਣੇ ਬਾਹਰ ਆਉਂਦਾ ਜਿਵੇਂ ਅ ਕੱਲ ਤੁਸੀਂ ਬਲਾਸ ਦੀ ਗੱਲ ਲਾ ਲੋ ਕਿ ਕਿਸੇ ਇਨਵੈਸਟੀਗੇਸ਼ਨ ਕਰਨ ਤੋਂ ਪਹਿਲਾਂ ਕੁਝ ਪੜਤਾਲ ਕਰਨ ਤੋਂ ਪਹਿਲਾਂ ਸੀਐਮ ਉਸ ਲੋਕੇਸ਼ਨ ਤੇ ਪਹੁੰਚਦਾ ਜਿੱਥੇ ਕੋਈ ਬਲਾਸਟ ਹੋਇਆ ਹੈ ਔਰ ਸਿੱਧਾ-ਸਿੱਧਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਦਾ ਕਿ ਉਹਨੇ ਇਨਵੈਸਟੀਗੇਸ਼ਨ ਕਰਾ ਲਈ ਕੋਈ ਪ੍ਰੋਸੀਡਿੰਗਸ ਹੋ ਗਈਆਂ ਕਿਤੇ ਕੋਈ ਕੇਸ ਚੱਲ ਪਿਆ ਕੋਈ ਬੰਦਾ ਫੜਿਆ ਗਿਆ ਮਤਲਬ ਸਿਰਫ ਔਰ ਸਿਰਫ ਟਾਰਗੇਟ ਉਹਨਾਂ ਨੂੰ ਖਤਰਾ ਲੱਗ ਰਿਹਾ ਅਕਾਲੀ ਦਲ ਤੋਂ ਇਸੇ ਕਰਕੇ ਇਹ ਸਾਰੀ ਪਲੈਨਿੰਗ ਨਾਲ ਕੰਮ ਕੀਤਾ ਜਾ ਰਿਹਾ ਸਿਆਸੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਸੈਸੀ ਸਟੰਟ ਕੀਤੇ ਜਾ ਰਿਹਾ ਅਕਾਲੀ ਦਲ ਨੂੰ ਬਦਨਾਮ ਕਰਨੇ ਇੱਕ ਇੱਕ ਕੁਐਸਚਨ ਹੋਰ ਹੈ ਜਦੋਂ ਅਸੀਂ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਆਮ ਆਦਮੀ ਪਾਰਟੀ ਜਿਹੜੀ ਪਿਛਲੀ ਵਾਰੀ ਆਪੋਜੀਸ਼ਨ ਦੇ ਵਿੱਚ ਵੀ ਬੈਠੀ ਇਸ ਵਾਰ ਤੁਹਾਨੂੰ ਕੀ ਲੱਗਦਾ ਹੈ ਵੀ ਉਹਨਾਂ ਦਾ ਕੀ ਰਿਸਪਾਂਸ ਰਹੂਗਾ ਯਾ ਲੋਕ ਉਹਨਾਂ ਨੂੰ ਉਹਨਾਂ ਪਿਆਰ ਦੇਣਗੇ ਯਾ ਉਹ ਪਿਆਰ ਵਧੂਗਾ ਯਾ ਘਟੂਗਾ ਮੈਨੂੰ ਨਹੀਂ ਲੱਗਦਾ ਆਮ ਆਦਮੀ ਪਾਰਟੀ ਦਾ ਕੁਝ ਬਣਨ ਵਾਲਾ ਹੈ ਦੇਖੋ ਉਹ ਆਪਦੀ ਇੱਕ ਅੰਦਰੂਨੀ ਜੰਗ 'ਚ ਉਲਝੇ ਹੋਏ ਹੈ ਪਹਿਲਾਂ ਉਹਨਾਂ ਨੂੰ ਸੀਐਮ ਫੇਸ ਦੀ ਭਾਲ ਉਹਨਾਂ ਦੀ ਪੂਰੀ ਨਹੀਂ ਹੋ ਰਹੀ ਔਰ ਉਹਦੇ 'ਚ ਵੀ ਇੱਕ ਮਤਲਬ ਮੈਂ ਕਹੂੰਗਾ ਸ਼ੰਕਾ ਹੈ ਬਹੁਤ ਵੱਡਾ ਕਿਉਂ ਨਹੀਂ ਹੋ ਰਹੀ ਕਿਉਂਕਿ ਦਿੱਲੀ ਵਾਲੇ ਕੰਟਰੋਲ ਆਪਦੇ ਹੱਥ ਰੱਖਣਾ ਚਾਹੁੰਦੇ ਆ ਔਰ ਸਾਰੇ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਉਹਨਾਂ ਦਾ ਲਾਲਚ ਹੈ ਜਿਹੜਾ ਉਹਨਾਂ ਨੂੰ ਮਜਬੂਰ ਕਰ ਰਿਹਾ ਹੈ ਵੱਡੀਆਂ-ਵੱਡੀਆਂ ਐਡਵਰਟਾਈਜ਼ਮੈਂਟਸ ਕਰਨ ਲਈ ਹਾਲਾਂਕਿ ਜਿਹੜਾ ਸਿਆਸੀ ਸਿਸਟਮ ਲਾਇਆ ਲਓ ਮੈਂ ਕਹੂੰਗਾ ਕਿ ਸਥਿਤੀ ਹੁੰਦੀ ਹੈ ਹਰ ਸਟੇਟ ਦੀ ਅਲੱਗ ਹੁੰਦੀ ਹੈ ਤੁਸੀਂ ਦਿੱਲੀ ਮਾਡਲ ਨੂੰ ਪੇਸ਼ ਕਰਕੇ ਪੰਜਾਬ ਨਹੀਂ ਜਿੱਤ ਸਕਦੇ ਦਿੱਲੀ ਦੀਆਂ ਆਪਦੀਆਂ ਸਿਚੁਏਸ਼ਨਸ ਐ ਉਹਨਾਂ ਦੀਆਂ ਆਪਦੀਆਂ ਪਰੇਸ਼ਾਨੀਆਂ ਦਿੱਖਤਾਂ ਪੰਜਾਬ ਦੀਆਂ ਆਪਦੀਆਂ ਉਹਨੂੰ ਹੱਲ ਪੰਜਾਬ ਦੀ ਪਾਰਟੀ ਹੀ ਕਰ ਸਕਦੀ ਹੈ ਤੇ ਜੇ ਮੈਂ ਬਠਿੰਡੇ ਦੀ ਗੱਲ ਕਰਾਂ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਆਪਦੇ ਤੌਰ ਦੇ ਉੱਤੇ ਕਾਫੀ ਕੰਮ ਕਰਾਇਆ ਜਿਵੇਂ ਤੁਸੀਂ ਦਾਅਵੇ ਕਰਦੇ ਹੋ ਪਰ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਐਸਾ ਮੇਜਰ ਕੰਮ ਐ ਜਿਹੜਾ ਬਠਿੰਡੇ 'ਚ ਹਜੇ ਹੋਣਾ ਬਾਕੀ ਐ ਦੇਖੋ ਮੈਂ ਸਮਝਦਾ ਐ ਕਿ ਕੰਮ ਕਦੇ ਵੀ ਪੂਰੇ ਨਹੀਂ ਹੁੰਦੇ ਆਪਾਂ ਇੱਕ ਲੈਵਲ ਤੇ ਇੱਕ ਸਿਟੀ ਨੂੰ ਲੈ ਆਏ ਹਾਂ 2007 ਤੋਂ 17 'ਚ ਬਹੁਤ ਇਹ ਉਸੇ ਪ੍ਰੋਜੈਕਟ ਆਏ ਜਿਨੇ ਸ਼ਹਿਰ ਦੇ ਮਿਆਰ ਨੂੰ ਉੱਚਾ ਕੀਤਾ ਇਥੋਂ ਦੇ ਸਟੇਟਸ ਨੂੰ ਉੱਚਾ ਕੀਤਾ ਜਾਂ ਦੁਨੀਆ ਦੇ ਨਕਸ਼ੇ ਤੇ ਬਠਿੰਡੇ ਦਾ ਨਾਮ ਆਉਣ ਲੱਗਿਆ ਪਰ ਹਜੇ ਵੀ ਬਹੁਤ ਇਹੋ ਜਿਹੇ ਕੰਮ ਬਹੁਤ ਖੇਤਿਆਂ ਚ ਬਾਕੀ ਹੈ ਚਾਹੇ ਆਪਾਂ ਉਹ ਡਵੈਲਪਮੈਂਟ ਨੂੰ ਲੈ ਕੇ ਲਾ ਲਈਏ ਚਾਹੇ ਸਮੱਸਿਆਵਾਂ ਵਾ ਜਿਵੇਂ ਸ਼ਹਿਰ ਦੀਆਂ ਜਿਨ੍ਹਾਂ ਤੇ ਹਜੇ ਹੋਰ ਟਾਈਮ ਦੀ ਲੋਡ ਸੀਗੀ ਵਾਟਰ ਲੌਕਿੰਗ ਦੀ ਬੜੀ ਵੱਡੀ ਸਮੱਸਿਆ ਹੈ ਉਸ ਤੇ ਕੰਮ ਅਸੀਂ ਸ਼ੁਰੂ ਵੀ ਕੀਤਾ ਸਾਡੀ ਸਰਕਾਰ ਦੇ ਵਿੱਚ 2015-16 ਦੇ ਵਿੱਚ ਉਦੋਂ ਪਹਿਲਾਂ ਉਹਦੀ ਮਾਸਟਰ ਪਲੈਨਿੰਗ ਹੋਈ ਕਿ ਕਿੱਦਾਂ ਕੀਤਾ ਜਾ ਸਕੇ ਲੇਕਿਨ ਸਰਕਾਰ ਚਲੇ ਜਾਣ ਤੋਂ ਬਾਅਦ ਉਹ ਕੈਰੀ ਆਨ ਨਹੀਂ ਹੋ ਪਾਇਆ ਇੱਕ ਮੇਨ ਰਾਈਜ਼ਿੰਗ ਪਾਈਪਲਾਈਨ ਜਿਹੜੀ ਪੈਣੀ ਸੀਗੀ ਉਹ ਵਿੱਚ ਹੀ ਰਹਗੀ 2-3 ਕਿਲੋਮੀਟਰ ਦਾ ਪੈਚ ਹੋ ਕੇ ਤਾਂ ਇਹੋ ਜੇ ਹੋਰ ਸ਼ਹਿਰ ਦੀਆਂ ਜਿਹੜੀਆਂ ਮੇਨ ਸਮੱਸਿਆਵਾਂ ਹੈ ਸ਼ਹਿਰ ਦੇ ਹੋਣ ਦੇ ਨਾਤੇ ਇੱਥੇ ਵੱਡੇ ਹੋਏ ਆ ਸਿੰਘਲਾ ਸਾਹਿਬ ਦੀ ਸਾਰੀ ਉਮਰ ਲਗਭਗ ਇੱਥੇ ਹੀ ਈ ਹੋਈ ਹੈ ਤਾਂ ਉਹ ਸਮੱਸਿਆਵਾਂ ਨੂੰ ਸਮਝਦੇ ਆ ਔਰ ਬਹੁਤ ਡਿਟੇਲ ਅਸੀਂ ਉਹਦਾ ਖਾਕਾ ਤਿਆਰ ਕੀਤਾ ਹੋਇਆ ਹੈ ਪਹਿਲਾਂ ਵੀ ਉਸ ਨੂੰ ਇੰਪਲੀਮੈਂਟ ਕੀਤਾ ਜਿਹੜੀਆਂ ਚੀਜ਼ਾਂ ਰਹਿ ਗਈਆਂ ਆਉਣ ਵਾਲੇ ਸਮਾਂ 'ਚ ਕਰਨਾ ਚਾਹੁੰਦੇ ਆ ਲਾਈਨ ਪਾਰ ਇਲਾਕੇ 'ਚ ਬਹੁਤ ਇੱਕ ਜਿਹੜੀ ਮੈਂ ਸਮਝਦਾ ਹਾਂ ਕਿ ਹਸਪੀਟਲ ਦੀ ਬਹੁਤ ਵੱਡੀ ਰਿਕੁਆਇਰਮੈਂਟ ਹੈ ਔਰ ਉਸ ਇਹੋ ਜੇ ਕਈ ਏਜੰਡੇ ਆ ਜਿਹੜੇ ਅਸੀਂ ਲੋਕਾਂ ਵਿੱਚ ਵੀ ਲੈ ਕੇ ਜਾ ਰਹੇ ਆ ਔਰ ਆਉਣ ਵਾਲੇ ਸਮਾਂ 'ਚ ਜਿਸ ਤੇ ਕੰਮ ਕਰਾਂਗੇ ਦਿਨਵ ਜੀ ਇੱਕ ਗੱਲ ਮੈਂ ਹੋਰ ਇੱਥੇ ਐਡ-ਆਨ ਕਰਨਾ ਚਾਹੂੰਗਾ ਜਦੋਂ ਆਪਾਂ ਕਰਨੀ ਲੋਕਾਂ ਦੀ ਸੇਵਾ ਹੈ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਤੁਹਾਡੀ ਪਾਰਟੀ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਤਾਂ ਫਿਰ ਜਦੋਂ ਅਸੀਂ ਸੇਵਾ ਹੀ ਕਰ ਰਹੇ ਹਾਂ ਜਦੋਂ ਅਸੀਂ ਕੰਮ ਹੀ ਕਰ ਰਹੇ ਹਾਂ ਤਾਂ ਇੱਕ ਜਿਹੜਾ ਸੋਸ਼ਲ ਮੀਡੀਆ ਦੀ ਵਾਰ ਵਾਲਾ ਕਨਸੈਪਟ ਹੈ ਉਹਨਾਂ ਦਾ ਤੁਹਾਡੇ ਨਾਲ ਜਾਂ ਤੁਸੀਂ ਮਤਲਬ ਇਹ ਕਿਉਂ ਟਿੱਟ-ਫੋਰ-ਟੈਟ ਵਾਲਾ ਕੰਮ ਚੱਲਦਾ ਹੈ ਦੇਖੋ ਸੋਸ਼ਲ ਮੀਡੀਆ ਦੀ ਜਿਹੜੀ ਵਾਰ ਦੀ ਗੱਲ ਤੁਸੀਂ ਕੀਤੀ ਹੈ ਮੈਨੂੰ ਲੱਗਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਾਡੀ ਇੱਥੋਂ ਦੇ ਚੱਲਦੀ ਹੈ ਚਾਹੇ ਉਹ ਅਸੀਂ ਸਵਾਲ ਵਿੱਤ ਮੰਤਰੀ ਨੂੰ ਪੁੱਛਦੇ ਹਾਂ ਐਜ਼ ਏ ਨੁਮਾਇੰਦੇ ਹੋਣ ਦੇ ਨਾਤੇ ਸਿੰਘਲਾ ਸਾਹਿਬ ਹੈ ਚਾਹੇ ਉਹ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਉਹਨਾਂ ਦਾ ਇੱਕ ਫਰਜ਼ ਬੰਦ ਹੈ ਕਿ ਲੋਕਾਂ ਦੇ ਜਿਹੜੇ ਸਵਾਲ ਹੈ ਉਹ ਇੱਥੋਂ ਦਾ ਜਿਹੜਾ ਨੁਮਾਇੰਦਾ ਜਿਹੜਾ ਐਮਐਲਏ ਹੁੰਦਾ ਉਹ ਉਹਨੂੰ ਅੱਗੇ ਪੁੱਟ ਕਰਨ ਤਾਂ ਉਹਦਾ ਜਵਾਬ ਦੇਣ ਦਾ ਫਰਜ਼ ਬੰਦਾ ਹੁੰਦਾ ਐਮਐਲਏ ਦਾ ਪਰ ਅੱਜ ਤੱਕ ਵਿੱਤ ਮੰਤਰੀ ਸਾਹਿਬ ਨੇ ਲੋਕਾਂ ਦੇ ਲਾਲੋ ਸਿੰਗਲਾ ਸਾਹਿਬ ਦੇ ਲਾ ਲੋ ਜੋ ਪ੍ਰੈਸ ਨੇ ਕੋਈ ਸਵਾਲ ਕੀਤੇ ਆ ਕਿਸੇ ਚੀਜ਼ ਦਾ ਜਵਾਬ ਨਹੀਂ ਦਿੱਤਾ ਔਰ ਜਵਾਬ ਦਿੰਦੇ ਉਹਨਾਂ ਦੇ ਰਿਸ਼ਤੇਦਾਰ ਜੋ ਜੋ ਤਾਂ ਕਰਕੇ ਫਿਰ ਸਾਨੂੰ ਉਹਨਾਂ ਦੀ ਖਚਾਈ ਤਾਂ ਕਰਨੀ ਪੈਂਦੀ ਆ ਉਹ ਸੋਸ਼ਲ ਮੀਡੀਆ ਇੱਕ ਜ਼ਰੀਆ ਹੈ ਤਾਂ ਸਾਨੂੰ ਲੋਕਾਂ ਦੀ ਆਵਾਜ਼ ਸੋਸ਼ਲ ਮੀਡੀਆ ਦੀ ਕਚਹਿਰੀ 'ਚ ਉਠਾਉਣੀ ਪੈਂਦੀ ਆ ਤੇ ਜਦੋਂ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਆ ਤੁਸੀਂ ਆਪਦੇ ਟੈਨਿਓਰ ਦੇ ਇਸ ਡਿਵੈਲਪਮੈਂਟ ਕੀਤੀ ਉਹ ਵੀ ਡਿਵੈਲਪਮੈਂਟ ਕਰ ਰਹੇ ਆ ਪਿੱਛੇ ਜੇ ਬਿਜਲੀ ਦੇ ਗ੍ਰੈਡ ਦਾ ਉਦਘਾਟਨ ਹੋਇਆ ਉਸ ਤੋਂ ਬਾਅਦ ਪਾਰਕਿੰਗ ਇੱਕ ਮਲਟੀ ਲੈਵਲ ਦਾ ਉਦਘਾਟਨ ਹੋਇਆ ਇਸ ਤਰ੍ਹਾਂ ਕਰਕੇ ਕੰਮ ਦਾ ਤੁਸੀਂ ਵੀ ਕਰਦੇ ਸੀ ਤੇ ਕੰਮ ਉਹ ਵੀ ਕਰ ਰਹੇ ਫਿਰ ਫਰਕ ਕੀ ਹੈ ਦੇਖੋ ਫਰਕ ਹੈਗਾ ਨੀਅਤ ਵਿੱਚ ਫਰਕ ਹੈਗਾ ਪ੍ਰੋਜੈਕਟਸ ਦੀ ਜਿਹੜੀ ਜੋ ਸ਼ਹਿਰ ਨੂੰ ਲੋੜ ਹੈ ਉਹਦੇ ਵਿੱਚ ਆਪਾਂ ਜੇ ਤੁਸੀਂ ਗੱਲ ਕਰੋ ਕਿ ਸੀਵਰ ਪਾ ਰਹੇ ਐ ਸੜਕਾਂ ਬਣਾ ਰਹੇ ਐ ਜਾਂ ਬਰਗ੍ਰਿਡ ਬਣਾ ਰਹੇ ਐ ਮੈਂ ਸਮਝਦਾ ਇਹ ਗਈਆਂ ਚੀਜ਼ਾਂ ਹੋ ਗਈਆਂ ਜੀ ਇਹ ਨੈਸੈਸਿਟੀ ਹੋ ਗਈ ਲੋਕਾਂ ਦੀ ਇਹਦੇ ਚ ਆਪਾਂ ਕੋਈ ਕੰਮ ਕਰਕੇ ਕਿਸੇ ਤੇ एहसान ਨਹੀਂ ਕਰ ਰਹੇ ਆਪਾਂ ਨੂੰ ਸੜਕਾਂ ਪਾਣੀ ਸੀਵਰੇਜ ਬਿਜਲੀ ਇਹ ਤਾਂ ਲੋਕਾਂ ਦੀ ਨੈਸੈਸਿਟੀ ਹੈ ਜਦੋਂ ਗੱਲ ਵਿਕਾਸ ਦੀ ਜਦੋਂ ਅੱਜ ਦੀ ਡੇਟ 'ਚ ਹੁਣ ਵਿਕਾਸ ਦੀ ਜਿਹੜੀ ਗੱਲ ਹੈ ਅੱਜ ਦੀ ਡੇਟ 'ਚ ਵਿਕਾਸ ਹੁੰਦਾ ਹੈ ਕੋਈ ਵੱਡਾ ਹਸਪੀਟਲ ਜਿਸ ਤਰੀਕੇ ਐਮਜ਼ ਸਿੰਘਲਾ ਸਾਹਿਬ ਦੇ ਐਮ.ਐਲ.ਏ ਹੁੰਦੇ ਹੋਏ ਬੀਬਾ ਹਰਸਿਮਰਤ ਬਾਦਲ ਜੀ ਐਮ.ਪੀ.ਸੀ ਉਹਨਾਂ ਨੇ ਸੈਂਟਰ 'ਚ ਬੜੀ ਮਿਹਨਤ ਕੀਤੀ ਉਹੋ ਜੇ ਪ੍ਰੋਜੈਕਟ ਸੈਂਟਰਲ ਯੂਨੀਵਰਸਿਟੀ ਪ੍ਰੋਜੈਕਟ ਇਹੇ ਪ੍ਰੋਜੈਕਟ ਹੁੰਦੇ ਜਿਹੜੇ ਵਿਕਾਸ ਕਰਦੇ ਐ ਗਲੀਆਂ ਨਾਲੀਆਂ ਕੂਚੀਆਂ ਬਣਾ ਕੇ ਦੇਖੋ ਇਹ ਨੈਸੈਸਿਟੀ ਆ ਲੋਕਾਂ ਦੀ ਇਹ ਦੇਣਾ ਪਊਗਾ ਤੇ ਹੋਰ ਜਿਹੜੇ ਇਹਨਾਂ ਦੀ ਹੋਲਡਿੰਗਸ ਲੱਗੀਆਂ ਐ ਉਨਾ ਦਾ ਲੋਕ ਪਲੀ ਪਾਤੇ ਜਾਣਦੇ ਪ੍ਰੋਜੈਕਟ ਇਨਕੰਪਲੀਟ ਪਏ ਹੈ ਜੇ ਤੁਸੀਂ ਗੱਲ ਕਰ ਲਓ ਹੁਣ ਆਹ ਆਪਣਾ ਰਿੰਗ ਰੋਡ ਦਾ ਇਹ ਬਹੁਤ ਕਰ ਰਹੇ ਹੈ ਕਿ ਅਸੀਂ ਰਿੰਗ ਰੋਡ 2 ਨੂੰ ਬਣਾਇਆ ਜਾ ਕੇ ਆਪਾਂ ਕੋਈ ਵੀ ਦੇਖ ਸਕਦਾ ਹੈ ਕਿ ਉੱਥੇ ਇਨਕੰਪਲੀਟ ਪਿਆ ਕੰਮ ਡਿਸਪਿਊਟਡ ਉਹਦੇ ਵਿੱਚ ਲੈਂਡ ਪੈਚ ਪਏ ਹੈ ਤਾਂ ਮੈਂ ਕਹੂੰਗਾ ਬਰਬਾਦੀ ਕਰ ਰਹੇ ਹੈ ਪੈਸੇ ਦੀ ਸਰਕਾਰੀ ਪੈਸੇ ਦੀ ਕਿਸੇ ਸਹੀ ਤਰੀਕੇ ਨਾਲ ਆਪਾਂ ਨੂੰ ਪੈਸਾ ਸਪੈਂਡ ਕਰਨਾ ਚਾਹੀਦਾ ਲੋਕਾਂ ਦਾ ਪੈਸਾ ਹੈ ਤੇ ਸਾਰੇ ਲੋਕਾਂ ਦੇ ਸਾਹਮਣੇ ਆ ਕਿ ਕਿਸ ਨੇ ਪ੍ਰੋਜੈਕਟ ਵੱਡੇ ਲਿਆਂਦੇ ਜਿਹਦਾ ਸ਼ਹਿਰ ਨੂੰ ਐਕਚੁਅਲ ਚ ਫਾਇਦਾ ਹੋਇਆ ਜਾਂ ਫਿਰ ਜਿਹੜੀ ਕੱਲੀ ਐਡਵਰਟਾਈਜ਼ਮੈਂਟ ਨਾਲ ਆਪਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਉਹ ਇਲੈਕਸ਼ਨ ਦੇ ਸਿਰ ਤੇ ਆ ਕੇ ਕਿ ਅਸੀਂ ਕੁਝ ਕੰਮ ਕਰ ਰਹੇ ਆ ਜਾਂ ਹਾਂ ਇੱਕ ਇੱਕ ਚੀਜ਼ ਹੋਰ ਮੈਂ ਮੈਂਸ਼ਨ ਕਰਨਾ ਚਾਹੂੰਗਾ ਜਿਹੜੀ ਗੱਲ ਤੁਸੀਂ ਕੀਤੀ ਹੋਰਡਿੰਗ ਦੀ ਸੋਲਰ ਪੈਨਲਸ ਲਾ ਲਓ ਜਾਂ ਜੋ ਗ੍ਰਾਂਟ ਦੇ ਰਹੇ ਆ ਕੋਈ ਇਹ 10 12000 ਦੀ ਇਹ ਇਹ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਅਵੇਅਰ ਹੋ ਚੁੱਕੇ ਆ ਪੌਣੇ 5 ਸਾਲ ਤੁਸੀਂ ਕੰਮ ਨਾ ਕਰੋ ਲੋਕਾਂ ਨੂੰ ਲੁੱਟੀ ਜਾਓ ਕੁੱਟੀ ਜਾਓ ਪਿਛਲੇ ਮਹੀਨੇ ਆ ਕੇ ਤੁਸੀਂ ਲੋਕਾਂ ਨੂੰ ਲਾਲਚਦੇ ਹੋ ਸੋਲਰ ਪੈਨਲਸ ਲਾ ਦਾਂਗੇ ਜੀ 10000 ਦਾ ਚੈੱਕ ਦੇ ਦਾਂਗੇ ਤਾਂ ਲੋਕ ਵਿਕਾਊ ਥੋੜੀ ਨੇ ਜਿੱਦਾਂ ਤੁਸੀਂ ਵੱਡੇ ਪ੍ਰੋਜੈਕਟਸ ਦਾ ਨਾਮ ਲਿਆ ਹੋਰ ਕਿਹੜੇ ਤੁਹਾਡੇ ਪ੍ਰੋਜੈਕਟਸ ਪਾਈਪਲਾਈਨ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਪੱਕਾ ਮੁਕੰਮਲ ਤੌਰ ਦੇ ਉੱਤੇ ਇਸ ਬਠਿੰਡੇ ਸ਼ਹਿਰ ਨੂੰ ਦਿਓਗੇ ਦੇਖੋ ਇਸ ਟਾਈਮ ਤੇ ਅਸੀਂ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਖਾਕਾ ਤਿਆਰ ਕਰ ਰਹੇ ਹਾਂ ਉਹੋ ਅਗਲੇ ਸਟੇਜ ਆ ਸਾਡੀ ਜਦੋਂ ਕਿ ਅਸੀਂ ਡਿਸਕਲੋਜ਼ ਕਰਾਂਗੇ ਅਸੀਂ ਕੀ ਕੀ ਕਰਨਾ ਚਾਹੁੰਦੇ ਆ ਅਸੀਂ ਆਪਦਾ ਸ਼ਹਿਰ ਲਈ ਮੈਨੀਫੈਸਟੋ ਲੈ ਕੇ ਆਵਾਂਗੇ ਉਹਦੇ ਵਿੱਚ ਅਸੀਂ ਡਿਟੇਲਡ ਸਾਰੇ ਲੋਕਾਂ ਲਈ ਦੱਸਾਂਗੇ ਕਿ ਕੀ ਕੀ ਸਾਡੀ ਸੋਚ ਹੈ ਸ਼ਹਿਰ ਵਾਸਤੇ ਤਾਂ ਮੈਂ ਹੁਣ ਉਸ ਚੀਜ਼ ਨੂੰ ਬਹੁਤ ਜ਼ਿਆਦਾ ਮناسب ਨਹੀਂ ਸਮਝਦਾ ਪਰ ਪਿਛਲੀ ਸੇਵਾ ਨੂੰ ਦੇਖਦੇ ਹੋਏ ਮੈਂ ਸਮਝਦਾ ਕਿ ਲੋਕ ਸਮਝਦੇ ਆ ਕਿ ਸਾਡੀ ਜਿਹੜੀ ਕੰਮ ਕਰਨ ਦੀ ਨੀਅਤ ਹੈ ਉਹਦੇ 'ਚ ਖਰਾਬੀ ਨਹੀਂ ਹੈ ਸ਼ਹਿਰ ਦੀ ਸੇਵਾ ਕਰਨ ਦੀ ਜਿਹੜੀ ਨੀਅਤ ਹੈ ਉਹਦੇ 'ਚ ਖਰਾਬੀ ਨਹੀਂ ਹੈ ਲਾਸਟ ਕੁਐਸ਼ਨ ਮੈਂ ਪੁੱਛੂਗਾ ਇਸ ਇੰਟਰਵਿਊ ਦਾ ਜਦੋਂ ਅਸੀਂ ਫੀਮੇਲਸ ਦੀ ਗੱਲ ਕਰਦੇ ਹਾਂ ਹਨਾ ਚਲੋ ਆਪਾਂ ਯੂਥ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਫੀਮੇਲ ਇਕੁਐਲਿਟੀ ਦੀ ਗੱਲ ਵੀ ਆਉਂਦੀ ਹੈ ਪਿੰਡਾਂ ਦੇ ਵਿੱਚ ਵੀ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ ਲੇਕਿਨ ਇਸ ਸ਼ਹਿਰ ਦੇ ਵਿੱਚ ਤੁਹਾਡੇ ਵੱਨਿਓ ਕੋਈ ਇਦਾਂ ਦੇ ਉਪਰਾਲੇ ਕੀਤੇ ਗਏ ਜਿਹਨਾਂ ਨਾਲ ਫੀਮੇਲਸ ਨੂੰ ਔਰਤਾਂ ਨੂੰ ਲੇਡੀਜ਼ ਨੂੰ ਕੋਈ ਬੈਨੀਫਿਟ ਹੋਇਆ ਹੋਵੇ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਹਟਿਆ ਕਿ ਅਸੀਂ ਪਿਛਲੇ 22 ਸਾਲ ਤੋਂ ਸਾਡਾ ਪਰਿਵਾਰ ਹੈ ਜਿਹੜਾ ਉਹ ਸੰਸਥਾ ਚਲਾ ਰਿਹਾ ਹੈ ਜਿਹਦਾ ਪਿਆਰੇ ਲਾਲ ਕਰਨੈਲ ਸਿੰਘ ਟਰਸਟ ਅਸੀਂ ਔਰ ਉਹਦਾ ਨਾਮ ਹੁਣ ਕੁਛ ਅਸੀਂ ਨਵੀਨੀਕਰਨ ਕੀਤਾ ਉਹਦੇ ਵਿੱਚ ਜਿਹੜੀਆਂ ਯੰਗ ਲੜਕੀਆਂ ਜਿਹੜੀਆਂ ਕਿ ਆਪਦੇ ਪੈਰਾਂ ਤੇ ਖੜਾ ਹੋਣਾ ਚਾਹੁੰਦੀਆਂ ਸੈਲਫ এমਪਲੋਇਮੈਂਟ ਲਈ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਕੋਰਸੇ ਦਿੱਤੇ ਜਾਂਦੇ ਆ ਜਿਵੇਂ ਸਿਲਾਈ ਦੇ ਕੋਈ ਬਿਊਟੀਸ਼ਨ ਦੇ ਕੋਰਸੇ ਇੰਗਲਿਸ਼ ਸਪੀਕਿੰਗ ਦੇ ਵੀ ਤਾਂ ਕਈ ਤਰ੍ਹਾਂ ਦੇ ਵੋਕੇਸ਼ਨਲ ਟ੍ਰੇਨਿੰਗ ਕੋਰਸੇ ਦਿੱਤੇ ਜਾ ਰਹੇ ਆ ਔਰ ਮੈਂ ਕਹੂੰਗਾ ਹੁਣ ਤੱਕ ਕਈ ਹਜ਼ਾਰ ਕੁੜੀਆਂ ਉਸ ਤੋਂ ਉਹਦਾ ਲਾਭ ਲੈ ਚੁੱਕੀਆਂ ਤਾਂ ਬੇਸਿਕਲੀ ਜਿਹੜੀ ਲੜਕੀਆਂ ਵਾਸਤੇ ਯੰਗ ਲੜਕੀਆਂ ਵਾਸਤੇ ਪ੍ਰੋਗਰਾਮ ਸਿੰਘਲਾ ਸਾਹਿਬ ਦੀ ਸੋਚ ਸੀ ਤੇ ਉਹ ਉਸ ਹੀ ਰਨ ਕਰ ਰਹੀ ਸੀ ਬਹੁਤ ਪਿਛਲੇ 22 ਸਾਲਾਂ ਤੋਂ ਚਲੋ ਤੁਸੀਂ ਸਾਡਾ ਗੱਲਬਾਤ ਕੀਤੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ ਕੁੱਲ ਮਿਲਾ ਕੇ ਸਿੱਟਾ ਇਹ ਨਿਕਲਦਾ ਹੈ ਕਿ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਹੈ ਸਰਕਾਰ ਕੋਈ ਵੀ ਹੋਵੇ ਲੋਕਾਂ ਨੂੰ ਬੈਨੀਫਿਟ ਹੋਣਾ ਚਾਹੀਦਾ ਹੈ ਉਹਨਾਂ ਦੇ ਕੰਮ ਦੇ ਪ੍ਰੋਜੈਕਟ ਲੈ ਕੇ ਆਣੇ ਚਾਹੀਦੇ ਤਾਂ ਜੋ ਉਹਨਾਂ ਦੇ ਜੋ ਆਲੇ-ਦਾਲੇ ਵਿੱਚ ਸੁਧਾਰ ਹੋ ਸਕੇ ਤੇ ਉਹਨਾਂ ਦੀ ਜਿਹੜੀ ਰੋਜ਼ਮਰਗੀ ਜ਼ਿੰਦਗੀ ਹੈ ਉਹਨੂੰ ਇੰਪਰੂਵ ਕੀਤਾ ਜਾ ਸਕੇ ਬਹੁਤ-ਬਹੁਤ ਸ਼ੁਕਰੀਆ ਕੈਂਪਸ ਟੀਵੀ ਇੰਡੀਆ ਦਾ YouTube ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਟਿਪਾਓ ਹਰ ਅਪਡੇ